ਜੀਓ ਤੇ ਭਰਾਓ ਸਾਡਾ ਹੁਣ ਅਲਫ ਨਾਲ ਸ਼ੁਰੂ ਹੋਣੇ ਵਾਲਾ ਦੁਆ ਪੈਂਦਾ ਅੜੀ ਖਾਕ ਹੈ ਅੜੀ ਖਾਕ ਦਾ ਰੰਗ ਪੱਕਾ ਕੇਤਰਾ ਜਾਂ ਸੁਰਮਈ ਹੁੰਦਾ ਹੈ ਇਹ ਜ਼ਿਆਦਾਤਰ ਉੱਚੀ ਜਾਈ 'ਤੇ ਬਹਿੰਦਾ ਹੈ ਬਟਕਰਲੇ ਜਾਂ ਕਾਲੇ ਕਵੇ ਉੱਤੇ ਬਹਿ ਜੁਲਦਾ ਹੈ ਅੜੀ ਖਾਕ ਚਿੜੀ ਕੋਲੋਂ ਜ਼ਰਾ ਜਿਹਾ ਵੱਡਾ ਹੁੰਦਾ ਹੈ ਮਈ ਜੂਨ ਦੇ ਮਹੀਨੇ ਵਿੱਚ ਦੁਪਹਿਰੀ ਤੋਂ ਬਾਅਦ ਬੋਲਦਾ ਹੈ ਕਦੇ ਕੋਈ ਆਦਮੀ ਇਸ ਦੇ ਜਾਲੇ ਕੋਲੋਂ ਲੰਘੇ ਅਤੇ ਇਸ ਦਾ ਧਿਆਨ ਬਟਾਉਣ ਵਾਸਤੇ ਦੂਵੇ ਪਾਸੇ ਬੂਟੇ 'ਤੇ ਬਹਿ ਜੁਲਦਾ ਹੈ ਅਤੇ ਫਿਰ ਉੱਚਾ ਉੱਚਾ ਅਤੇ ਤੇਜ਼ ਬੋਲਦਾ ਹੈ ਇਸ ਦੀ ਆਵਾਜ਼ ਟੀਆ ਟੀਆ ਜਾਂ ਪੱਟੀਆ ਪੱਟੀਆ ਹੁੰਦੀ ਹੈ ਜਿਸ ਤੋਂ ਜਾਤਕ ਇੱਕ ਰਵਾਇਤੀ ਗੱਲ ਜਿਸ ਤੋਂ ਜਾਤਕਾਂ ਇੱਕ ਰਵਾਇਤੀ ਗੱਲ ਮਸ਼ਹੂਰ ਕੀਤੀ ਦੀ ਹੈ ਕਿ ਜਿਸ ਬੰਦੇ ਕੋਲ ਕੋਈ ਵਜ਼ਨ ਚਾਹੀਦਾ ਹੋਵੇ ਇਹ ਸਾਂ ਗਲਤ ਗੱਲਾਂ ਆਖਦਾ ਹੈ ਇਸ ਕੀਤੇ ਕਈ ਖੁਨ ਕੀ ਜਾਤਕ ਪਹਿਲੇ ਆਪਣਾ ਭਾਰ ਤਲੇ ਛੋੜ ਦੇਣ ਅੜੀ ਖੱਕੀਆਂ ਨਿਸ਼ਾਨ ਦੇਣ ਅਤੇ ਫਿਰ ਆਪਣਾ ਵਜ਼ਨ ਚਾਹ ਕੇ ਕੋਈ ਹੋਰ ਕੰਮ ਕਰ ਦੇਣ ਜਿਹੜਾ ਆਦਮੀ ਜ਼ਿਆਦਾ ਬਕਵਾਸ ਕਰਦਾ ਹੋਵੇ ਇਸ ਵਾਸਤੇ ਇੱਕ ਰੋਜ਼ਮਰਾ ਆਖਦੇ ਕਿ ਅੜੀ ਖੱਕੇ ਦਾ ਪੁੱਤ ਰਹੇ ਹੋ ਹਰ ਵੇਲੇ ਟੀਆ ਟੀਆ ਜਾਂ ਪੱਟੀਆ ਪੱਟੀਆ ਲਾਈਦੀ ਹੁੰਦੀ ਆ ਇਸ ਦਾ ਵਜ਼ਨ ਸਵਾ ਛਟਾਕੀ ਹੁੰਦਾ ਹੈ ਲੰਬਾਈ ਤਕਰੀਬਨ 5 ਇੰਚ ਹੁੰਦੀ ਹੈ ਅਤੇ ਇਸ 'ਤੇ ਪਰਾਂ ਦਾ ਖਲਿਆਰ 6 ਤੋਂ ਕਿਨ ਕੇ 7-8 ਇੰਚ ਤੱਕ ਹੁੰਦਾ ਅੱਛਾ ਭਰਾਓ ਸਾਂ ਕੋਲ ਤ੍ਰਿਆ ਪਰਿੰਦੇ ਆਲਫ ਨਾਲ ਸ਼ੁਰੂ ਹੋਣੇ ਵਾਲਾ ਅਨਾ ਕੁਗੂ ਇਸਾਂ ਉਰਦੂ ਵਿੱਚ ਉਲੂ ਆਖਦੇ ਨੇ ਇਸ ਵਜ਼ਨ ਸੇਰ ਤੋਂ ਕਿਨ ਕੇ 1.25 ਸੇਰ ਤੱਕ ਹੁੰਦਾ ਹੈ ਇਸ ਦਾ ਵਜ਼ਨ ਅੱਧੇ ਸੇਰ ਤੋਂ ਕਿਨ ਕੇ ਅਤੇ 1.25 ਸੇਰ ਤੱਕ ਹੁੰਦਾ ਹੈ ਆਮ ਦਰਾਮ ਇਸ ਦਾ ਰੰਗ ਪੱਕਾ ਬਦਾਮ ਹੀ ਹੁੰਦਾ ਹੈ ਪਰ ਕਦੇ ਕਦੇ ਇਸ ਦਾ ਰੰਗ ਸਫੇਦ ਚਿੱਟਾ ਜਾਂ ਦੁੱਧ ਜਾਂ ਚਿੱਟਾ ਵੀ ਹੁੰਦਾ ਪਰਾਂ ਵਿੱਚ ਕਾਲੀਆਂ ਡੱਬੀਆਂ ਹੁੰਦੀਆਂ ਇਸ ਦੀ ਸ਼ਕਲ ਬਿੱਲੀ ਨਾਲ ਮਿਲਦੀ ਜੁਲਦੀ ਹੈ ਇਸ ਦੀ ਚੂੰਗ ਤੋਤੇ ਵਾਂਗੂ ਹੁੰਦੀ ਹੈ ਅਨਾ ਕੁਗੂ ਇਸਾਂ ਤਾਂ ਆਖਦੇ ਨੇ ਕਿ ਇਸਾਂ ਦਿਹਾੜੀ ਸਾਫ਼ ਨਜ਼ਰ ਨਹੀਂ ਆਉਂਦਾ ਅਤੇ ਰਾਤੀ ਦੇਖਦਾ ਤਾਂ ਹੀ ਅਸਾਂ ਜ਼ਿਆਦਾਤਰ ਰਾਤੀ ਤਾਂ ਹੀ ਜ਼ਿਆਦਾਤਰ ਇਹ ਰਾਤੀ ਰਾਤੀ ਸ਼ਿਕਾਰ ਕਰਦਾ ਇਸ ਦਾ ਸ਼ਿਕਾਰ ਜ਼ਿਆਦਾਤਰ ਨਿੱਕੇ ਪਰਿੰਦੇ ਹੁੰਦੇ ਨੇ ਚਾਨਣੀ ਵਿੱਚ ਚੂਹੇ ਅਤੇ ਨਿੱਕੇ ਸੱਪ ਵੀ ਚਾਹ ਕਹਿੰਦਾ ਕਦੇ ਕਦੇ ਨਿੱਕੇ ਸੱਪ ਪਕੜ ਕੇ ਖਾ ਵੀ ਕਹਿੰਦਾ ਲੱਗਦਾ ਇਹ ਬਾਜ਼ ਦੀ ਕੋਈ ਇਹੋ ਜਿਹੀ ਕਿਸਮ ਹੈ ਜਿਹੜੀ ਰਾਤੀ ਹੀ ਸ਼ਿਕਾਰ ਕਰਦੀ ਹੈ ਇੱਕ ਰਵਾਇਤ ਵਿੱਚ ਅਸਾਂ ਇਨਕੋ ਰਵਾਇਤ ਵਿੱਚ ਅਨਾ ਕੁਗੂਆਂ ਬੇਵਕੂਫੀ ਦੀ ਅਲਾਮਤ ਸਮਝਿਆ ਜੁਲਦਾ ਇਸ ਤੋਂ ਕੁਝ ਮੁਹਾਵਰੇ ਮਿੱਤਲਾਂ ਅਤੇ ਖਾਣ ਵੀ ਮਸ਼ਹੂਰ ਨੇ ਮਿਸਾਲ ਦੇ ਤੌਰ 'ਤੇ ਮਿੱਤਲ ਹੈ ਕਿ ਅਨਾ ਕੁਗੂ ਹੋਇਆ ਦਾ ਬੈਠੇ ਦੇ ਇਹ ਉਸ ਵੇਲੇ ਬੋਲਦੇ ਨੇ ਜਿਸ ਵੇਲੇ ਕੋਈ ਆਦਮੀ ਕਿਸੇ ਮਹਿਫਲ ਵਿੱਚ ਦਿਲਚਸਪੀ ਨਾ ਕਹਿੰਦਾ ਹੋਵੇ ਅਤੇ ਆਪਣਾ ਹੀ ਸੋਚਦਾ ਬੈਠੇ ਦਾ ਹੋਵੇ ਇਸ ਨਾਲ ਮੁਹਾਵਰਾ ਵੀ ਆਵੇ ਅਨਾ ਕੁਗੂ ਰਾਤੀ ਸ਼ੇਰ ਅਤੇ ਦਿਹਾੜੀ ਢੇਰ ਇੱਕ ਖਾਣ ਵੀ ਇਸ ਨਾਲ ਮਸ਼ਹੂਰ ਹੈ ਅਨਾ ਕੁਗੂ ਬਸਤੀਆਂ ਉਜਾੜ ਛੋੜਦੇ ਇੱਕ ਹੋਰ ਖਾਣ ਇਸ ਨਾਲ ਬਸਤੀਆਂ ਅਨਾ ਕੁਗੂਏ ਨਾਲ ਨਹੀਂ ਬੇਇਨਸਾਫ਼ੀ ਨਾਲ ਉਜੜਦੀਆਂ ਇੱਕ ਕਿਤਾਬ ਜ਼ਖੀਰਾ ਏ ਮਾਲੂਮਾਤ ਇਸਾਂ ਇਨਸਾਨ ਦਾ ਸਭ ਤੋਂ ਜ਼ਿਆਦਾ ਕਦਰਦਾਨ ਆਖਦਾ ਹੈ ਕਿਉਂ ਸਬੂਤ ਦੇ ਤੌਰ ਉੱਤੇ ਉਹ ਹਜ਼ਰਤ ਸੁਲੇਮਾਨ ਅਲੈਹਿ ਸਲਾਮ ਦੀ ਉਸ ਗੱਲਾਂ ਦਾ ਵਾਕਿਆ ਪੇਸ਼ ਕਰਦਾ ਹੈ ਅਤੇ ਉਹਨਾਂ ਅਨਾ ਕੁਗੂ 'ਤੇ 4 ਸਵਾਲ ਕੀਤੇ ਉਹਨਾਂ 4 ਸਵਾਲਾਂ ਦੇ ਜ਼ਿਕਰ ਦੀ ਵਜ੍ਹਾ ਤੋਂ ਮਸਲਨ ਪਹਿਲਾ ਸਵਾਲ ਕਿਵੇਂ ਸੁਲੇਮਾਨ ਅਲੈਹਿ ਸਲਾਮ ਆਖਿਆ ਤੂੰ ਪਾਣੀ ਕਿਉਂ ਨਹੀਂ ਪੀਣੇ ਅਨਾ ਕੁਗੂ ਆਖਿਆ ਇਸ ਪਾਣੀ ਵਿੱਚ ਹਜ਼ਰਤ ਨੂਹ ਅਲੈਹਿ ਸਲਾਮ ਦੀ ਕਿਸ਼ਤੀ ਡੁੱਬੀ ਗਈ ਤਾਂ ਨਾ ਪੀਂਦਾ ਸੁਲੇਮਾਨ ਅਲੈਹਿ ਸਲਾਮ ਦੂਆ ਸਵਾਲ ਕੀਤਾ ਤੂੰ ਖੇਤ ਯਾਨੀ ਡੋਗੀ ਦੀ ਫਸਲ ਕਿਉਂ ਨਹੀਂ ਖਾਣੇ ਅਨਾ ਕੁਗਵੀ ਆਖਿਆ ਮੈਂ ਖੇਤ ਜਾਂ ਡੋਗੀ ਦੀ ਫਸਲ ਜਾਂ ਜ਼ਖੀਰਾ ਦਾਣਾ ਛਾਣਾ ਤਾਂ ਨਾ ਖਾਂਦਾ ਜੇ ਇਸ ਦਾ ਦਾਣਾ ਖਾ ਕੇ ਹਜ਼ਰਤ ਆਦਮ ਅਲੈਹਿ ਸਲਾਮ ਆ ਫਿਰ ਜਨਤਾ ਵਿੱਚੋਂ ਬਾਹਰ ਆਉਣਾ ਪਿਆ ਸੁਲੇਮਾਨ ਅਲੈਹਿ ਸਲਾਮ ਇਸੇ ਤ੍ਰਿਆ ਸਵਾਲ ਕੀਤਾ ਤੂੰ ਵੀਰਾਨੀਆਂ ਯਾਨੀ ਉਜਾੜੀਆਂ ਵਿੱਚ ਕਿਉਂ ਰਹਿੰਦੇ ਅਨਾ ਕੁਗੂ ਆਖਿਆ ਮੈਂ ਵੀਰਾਨਾ ਅਤੇ ਜੰਗਲਾਂ ਵਿੱਚ ਇਸ ਕਰਕੇ ਰਹਿਣਾ ਕਿ ਇਹ ਕਿਸੇ ਇਨਸਾਨ ਦੀ ਮਲਕੀਅਤ ਨਹੀਂ ਹੁੰਦੇ ਇਹ ਆਜ਼ਾਦ ਏਰੀਏ ਹੁੰਦੇ ਅਤੇ ਮੈਂ ਆਜ਼ਾਦ ਜਾਈਵੇ ਰਹਿਣਾ ਸੁਲੇਮਾਨ ਅਲੈਹਿ ਸਲਾਮ ਫਿਰ ਸਵਾਲ ਕੀਤਾ ਉਸ ਉੱਤੇ ਕਿ ਤੂੰ ਬਸਤੀ ਵਿੱਚ ਕਿਉਂ ਨਹੀਂ ਰਹਿੰਦੇ ਅਨਾ ਕੁਗੂ ਆਖਿਆ ਕਿ ਬਸਤੀ ਵਿੱਚ ਇਨਸਾਫ ਨਹੀਂ ਹੁੰਦਾ ਇਹਨਾਂ ਸਵਾਲਾਂ ਦੇ ਜਵਾਬ ਤੋਂ ਬਾਅਦ ਹਜ਼ਰਤ ਸੁਲੇਮਾਨ ਅਲੈਹਿ ਸਲਾਮ ਆਖਿਆ ਮੈਂ ਉਲੂ ਕੋਲੋਂ ਵੱਧ ਕੇ ਯਾਨੀ ਅਨਾ ਕੁਗੂ ਕੋਲੋਂ ਵੱਧ ਕੇ ਇਨਸਾਨ ਦਾ ਖੈਰ ਖਵਾਹ ਕੋਈ ਹੋਰ ਪਰਿੰਦਾ ਨਹੀਂ ਡਿਠਾ ਅਨਾ ਕੁਗੂ ਦੇ ਬਸਤੀ ਉਜਾੜਨ ਦੇ ਹਵਾਲੇ ਨਾਲ ਇੱਕ ਕਹਾਣੀ ਵੀ ਬਹੁਤ ਮਸ਼ਹੂਰ ਹੈ ਜਿਸ ਦਾ ਸਿਰਨਾਵਾਂ ਵੇ ਤੋਤਾ ਅਤੇ ਅਨਾ ਕੁਗੂ ਅਤੇ ਨਤੀਜਾ ਕਿ ਵੇ ਬਸਤੀਆਂ ਅਨਾ ਕੁਗੂਆਂ ਨਾਲ ਨਹੀਂ ਜੁੜਦੀਆਂ ਬਲਕਿ ਬੇਇਨਸਾਫ਼ੀ ਨਾਲ ਉਜੜਦੀਆਂ ਚਲੋ ਇਹ ਕਹਾਣੀ ਤੁਸਾਂ ਅਸੀਂ ਅਨਾ ਕੁਗੂ ਦੇ ਮੁਤਾਲਕ ਸੁਣਾ ਛੋੜਨੀ ਹੈ ਆਖਦੇ ਨੇ ਕੁਆਰੀ ਦੀ ਗੱਲ ਹੈ ਕਿ ਇੱਕ ਜਗ੍ਹਾ ਉੱਤੇ ਇੱਕ ਤੋਤਾ ਅਤੇ ਤੋਤੀ ਨਵਾਂ ਨਵਾਂ ਵਿਆਹ ਦਾ ਜੋੜਾ ਆ ਅਤੇ ਜੁਲਦੇ ਉਹ ਜੁੰਜੂ ਬੂਟਿਆਂ ਕੋਲ ਪਹੁੰਚੇ ਨੇ ਬੈਠੇ ਨੇ ਆਰਾਮ ਸ਼ਰਾਮ ਕਰਨ ਵਾਸਤੇ ਅਤੇ ਪਿੱਛੇ ਨਾ ਕੁਗੂ ਵੀ ਬੈਠੇ ਦਾ ਤਾਂ ਸੁਣਦਾ ਆ ਉਹਨਾਂ ਆਪੇ ਵੀ ਗੱਲ ਸ਼ੁਰੂ ਕੀਤੀ ਜਿਹੜਾ ਬਸਤੀ ਉਜੜੀ ਦੀ ਇਹ ਕੀ ਵਜ੍ਹਾ ਤੋਤੇ ਉਸ ਗੱਲ ਆਖੀ ਕਿ ਇੱਥੇ ਕੋਈ ਨਾ ਕੁਗੂਏ ਦਾ ਬਸੇਰਾ ਸੀ ਤਾਂ ਬਸਤੀ ਉਜੜੀ ਦੀ
ਇਹ ਮਨੂਸ ਹੁੰਦਾ ਇਸ ਵਜ੍ਹਾ ਤੋਂ ਇਹ ਬਸਤੀ ਜੁਲ ਜੁਲਦੀ ਇਹ ਪਿਆੜਾ ਹੁੰਦਾ ਇਹ ਗੱਲਾਂ ਉਹਨਾਂ ਘੁੱਗੇ ਸੁਣੀਆਂ ਉਸ ਜਲਤੀ ਤੋਤੇ ਕੋਲ ਆਣ ਕੇ ਬੈਠਾ ਉਸ ਆਖਿਆ ਜੀ ਤੁਸੀਂ ਮੇਰੇ ਇਲਾਕੇ ਵਿੱਚ ਆ ਦਿਓ ਮੈਂ ਸਾਨੂੰ ਖਿਦਮਤ ਖਾਤਰ ਕਰਸਾਂ ਆਵਾਂ ਕਰਸਾਂ ਤੁਸੀਂ ਰਾਤੀ ਇੱਥੇ ਹੀ ਰਹੋ ਦੋ ਦਿਹਾੜੇ ਮੈਂ ਸਾਨੂੰ ਖਿਦਮਤ ਕਰਨਾ ਅਤੇ ਫਿਰ ਤੁਸੀਂ ਜੁਲਦੇ ਰਹੋ ਉਹਨੇ ਆਖਿਆ ਚੱਲ ਠੀਕ ਹੈ ਜੀ ਰਹਿ ਜੁਲਦੇ ਹਾਂ ਉਹ ਉਹਨਾਂ ਘੁੱਗੇ ਕੋਲ ਰਹਿ ਗਏ ਉਹਨਾਂ ਘੁੱਗੇ ਉਹਨਾਂ ਦੀ ਖਿਦਮਤ ਕੀਤੀ ਭਲੀਆਂ ਚੀਜ਼ਾਂ ਚੀਜ਼ਾਂ ਖੁਲਾਈਆਂ ਸੁਣਾ ਜੇ ਕੁਝ ਖਾ ਕੇ ਸਬਜ਼ੀ ਖੋਰੇ ਉਸ ਜਿਸ ਵੇਲੇ ਜੁਲਣ ਲੱਗੇ ਤਾਂ ਉਸ ਤੋਤੀਆਂ ਪਕੜ ਕੇ ਤਾਂ ਤੋਤੇ ਆਖਿਆ ਸੋ ਕੀ ਗੱਲ ਹੈ ਮੇਰੀ ਜਨਾਨੀ ਛੋੜ ਸਾਂ ਉਹਨਾਂ ਘੁੱਗੇ ਆਖਿਆ ਨਾ ਯਾਰਾ ਇਹ ਤਾਂ ਮੇਰੀ ਜਨਾਨੀ ਹੈ ਉਸ ਹੈ ਕੋਈ ਸਬੂਤ ਸਾਖਾ ਸਬੂਤ ਹੁਣ ਪੇਸ਼ ਕਰਨੇ ਆ ਇੱਥੇ ਅਦਾਲਤ ਨਾ ਨਹੀਂ ਉਹ ਸਾਰੇ ਬਲਾਕ ਦੇ ਆਪਣੇ ਪਿੰਡ ਦੇ ਉਹ ਸਾਰੇ ਆਏ ਉਹਨਾਂ ਫੈਸਲਾ ਕੀਤਾ ਅਖੀਰ ਬਾਜ਼ੇ ਇਹ ਫੈਸਲਾ ਕਰ ਛੋੜਿਆ ਕਿ ਇਹ ਜਿਹੜੀ ਤੋਤੀ ਹੈ ਇਹਨਾਂ ਘੁੱਗੇ ਦੀ ਜਨਾਨੀ ਹੈ ਕਿਉਂ ਗੁਆ ਗੁਜ਼ਰ ਗਏ ਅਤੇ ਕੂੜੇ ਗੁਆ ਗੁਜ਼ਰ ਜੁਲਦੇ ਤੋਤਾ ਬੜਾ ਪਰੇਸ਼ਾਨ ਹੋਇਆ ਜਿਸ ਵੇਲੇ ਦੇਖਿਆ ਸੁਣੋ ਗਮਗੀਨ ਹੋਇਆ ਉੱਥੋਂ ਉੱਡਣ ਲੱਗਿਆ ਲੋਜ਼ਰਾ ਹੋਇਆ ਆ ਅੱਗਾਂ ਜੁਲਣ ਲੱਗਿਆ ਤਾਂ ਕਿਹਾ ਅੱਛਾ ਯਾਰਾ ਫਿਰ ਤੇਰੀ ਜਨਾਨੀ ਸਹੀ ਮੈਂ ਜੁਲਾ ਮੇਰੇ ਨਾਲ ਤਾਂ ਬੜਾ ਜ਼ੁਲਮ ਹੋ ਗਿਆ ਉਸ ਪਿੱਛੋਂ ਆਵਾਜ਼ ਮਾਰਿਆ ਉਸ ਆਖਿਆ ਗੱਲ ਸੁਣ ਪਿੱਛਾ ਮੁੜ ਯਾਰਾ ਜੁਲਣਾ ਇਸਾਂ ਨਾਲ ਖੜ ਇਹ ਮੇਰੀ ਜਨਾਨੀ ਨਹੀਂ ਤੇਰੀ ਜਨਾਨੀ ਹੈ ਤੇਰੇ ਨਾਲ ਹੀ ਆਈਏ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਦੇਖ ਇਸ ਬਸਤੀ ਦਾ ਇਨਸਾਫ ਹੈ ਵੀ ਕਿ ਜਨਾਨੀ ਤੇਰੀ ਅਤੇ ਦੋ ਦਿਹਾੜੇ ਮੇਰੇ ਕੋਲ ਰਹੀ ਇੱਥੇ ਮਜ਼ਮਾਨੀ ਤੇ ਮੇਰੀ ਘਰ ਛੋੜੀ ਨਹੀਂ ਇਸਦਾ ਮਤਲਬ ਇਹ ਬਸਤੀ ਤਾਂ ਉਜੜੀ ਦੀ ਹੈ ਕਿਸ ਬੇਇਨਸਾਫ ਨਹੀਂ ਬਸਤੀਆਂ ਨੇ ਘੁੱਗੂਆਂ ਨਾਲ ਨਹੀਂ ਬਲਕਿ ਇਨਸਾਫ ਨਾ ਹੋਵੇ ਤਾਂ ਉਹ ਜੁੜ ਜੁਲਦੀਆਂ ਇਹ ਕਹਾਣੀ